ਹਾਂਜੀ ਮੇਰੇ ਵੀਰ, ਇੱਕ ਹੋਰ ਨਵੀਂ ਵੀਡੀਓ ਲੈ ਕੇ ਆ ਗਏ ਹਾਂਗੇ ਫਾਰਮਿੰਗ ਦੀ। ਅਤੇ ਅੱਜ ਆਪਾਂ ਇੱਕ ਹੋਰ ਨਵਾਂ ਟਰੈਕਟਰ ਲੈ ਕੇ ਆਏ ਹਾਂਗੇ ਤੁਹਾਡੇ ਲਈ ਸਪੈਸ਼ਲ। ਬਾਈ ਉਹ ਬੰਦੇ ਨੂੰ ਤੁਸੀਂ ਜਾਣਦੇ ਵੀ ਹੋਵੋਗੇ ਜਿਹੜੇ ਬੰਦੇ ਦਾ ਟਰੈਕਟਰ ਹੈਗਾ, ਅਤੇ ਤੁਸੀਂ ਉਹਨੂੰ ਮੈਨੂੰ ਲੱਗਦਾ ਦੇਖਦੇ ਵੀ ਹੋਵੋਗੇ ਜਿਹੜੇ ਬੰਦੇ ਦਾ ਸੀ ਆਪਾਂ ਟਰੈਕਟਰ ਲੈ ਕੇ ਆਉਂਦਾ। ਚਲੋ ਥੋੜ੍ਹਾ ਜਿਹਾ ਪੁਰਾਣਾ, ਕੋਈ ਗੱਲ ਨਹੀਂ, ਆਪਾਂ ਕਰ ਲਾਂਗੇ ਹਿਸਾਬ ਕਿਤਾਬ 'ਚ। ਚੱਲਦੇ ਹਾਂ ਇਹਨੂੰ ਆਪਾਂ ਲੈ ਕੇ, ਅਤੇ ਫਿਰ ਪਹੁੰਚਦੇ ਹਾਂ ਉੱਥੇ ਆਪਣੀ ਸ਼ੋਪ 'ਤੇ ਜਿੱਥੇ ਟਰੈਕਟਰ ਟਰੂਕਟਰ ਆਉਂਦਾ ਹੁੰਦਾ ਨਵਾਂ, ਆਪਾਂ ਖਰੀਦਦੇ ਪਰਚੇਜ਼ ਕਰਨੇ ਸ਼ੋਪ 'ਤੇ। ਅਤੇ ਬਾਈ ਆਪਾਂ ਜਾਂਦੇ ਹਾਂ ਤੁਰ ਕੇ, ਅਤੇ ਫਿਰ ਕਰਾਉਂਦੇ ਹਾਂ ਦਰਸ਼ਨ ਤੁਹਾਨੂੰ ਟਰੈਕਟਰ, ਤੁਹਾਨੂੰ ਪਤਾ ਹੀ ਲੱਗ ਗਿਆ ਹੋਊਗਾ ਕਿਹੜਾ ਟਰੈਕਟਰ ਆ। ਤੁਹਾਨੂੰ ਦੂਰੋਂ ਦੇਖ ਕੇ ਪਤਾ ਲੱਗ ਗਿਆ ਹੋਊ ਬਾਈ ਲਾਲ ਰੰਗ ਦਾ ਕਿਹੜਾ ਟਰੈਕਟਰ ਹੈਗਾ। ਤੁਹਾਨੂੰ ਪਤਾ ਹੈਗਾ 855 ਹੈਗਾ, ਪਰ ਐਂ ਨਹੀਂ ਦੱਸਦਾ ਕਿਹੜਾ ਹੈਗਾ ਵੀ ਕਿਹਦਾ ਹੈਗਾ ਜਾਂ ਕਿਹੜਾ ਹੈਗਾ, ਤੁਹਾਨੂੰ ਦਿਖਾਉਂਦੇ ਹਾਂ, ਚੈੱਕ ਕਰਾਉਂਦੇ ਹਾਂ। ਅਤੇ ਮਾੜਾ ਜਿਹਾ ਦਿਖਾਈਏ, ਅਤੇ ਆਹ ਚੈੱਕ ਕਰੋ ਬਾਈ, ਡਾਇਨਾਸੌਰ ਲਿਖਿਆ ਕਹਿੰਦੇ ਬੰਪਰ ਦੇ ਮਗਰ। ਅਤੇ ਆਹ ਚੈੱਕ ਕਰੋ ਇਹਦੇ, ਅਤੇ ਬੂਫਰ 4 ਲੱਗੇ ਹੋਏ ਨੇ, ਮੌਂਸਟਰ ਟਾਇਰ ਨੇ। ਡਾਇਨਾਸੌਰ ਦਾ ਟਰੈਕਟਰ ਦਾ ਨਾਂ ਰੱਖਿਆ, ਅਤੇ ਲੱਕੀ ਗੋਲਡ ਸਮਿਥ ਦਾ ਟਰੈਕਟਰ ਹੈ ਬਈ, ਪੁਰਾਣਾ ਥੋੜ੍ਹਾ ਜਿਹਾ। ਅਤੇ ਇਹਦੇ ਟਾਇਰ ਟੂਰ ਵਧੀਆ ਪਏ ਆ ਬਈ, ਇਹਦੀ ਬਾਜ਼ ਤੁਹਾਨੂੰ ਚੈੱਕ ਕਰਿਓ, ਬਾਜ਼ ਦੀ ਬਾਜ਼ ਇੱਕ ਨੰਬਰ ਬਾਜ਼ ਆ ਟਰੈਕਟਰ ਦੀ। ਅਤੇ ਹੁਣ ਆਪਾਂ ਚੱਲਦੇ ਨੂੰ ਲੈ ਕੇ, ਤੁਹਾਨੂੰ ਮਾੜਾ ਜਿਹੀ ਲੱਕ ਚੈੱਕ ਕਰਾ ਦਈਏ। ਅਤੇ ਇਹਦੇ ਹਾਰਨ ਦੇਖੋ ਬਈ, ਬੰਪਰ ਥੱਲੇ ਕਿੰਨੇ ਲੱਗੇ ਹੋਏ ਨੇ। ਅਤੇ ਹੁਣ ਆਪਾਂ ਚੱਲਦੇ ਨੂੰ ਲੈ ਕੇ ਬੈਕ ਕੀਤਾ, ਲੋਕ ਜਦੋਂ ਨਵਾਂ ਲੈਂਦੇ ਸਾਨੂੰ ਤਾਂ ਅੱਗੇ ਨੂੰ ਕਰਦੇ, ਤਾਂ ਆਪਾਂ ਕਰਦੇ ਪਿੱਛੇ ਨੂੰ। ਉਹ ਕੈਮਰਾ ਪੁੱਠਾ ਹੋ ਗਿਆ ਆਪਣਾ, ਫਰੰਟ ਕੈਮਰਾ ਵੀ ਪੈਂਦੇ ਨੇ। ਚੱਲ ਬਈ ਆਪਾਂ ਇੱਧਰ ਨੂੰ ਲੈ ਜਾਂਦੇ, ਤਾਂ ਸਪੀਡ ਸਪੂਡ ਚੈੱਕ ਕਰਦੇ ਹਾਂ ਆਪਾਂ, ਸਪੀਡ ਚੈੱਕ ਕਰਕੇ ਘਰ ਨੂੰ ਲੈ ਕੇ ਚੱਲਾਂਗੇ। ਅਤੇ ਹੁਣ ਅਸੀਂ ਸਪੀਡ ਦੇਖਦੇ ਹਾਂ ਕਿੰਨੀ ਹੈਗੀ, 81 ਦੀ ਸਪੀਡ ਆ ਬਈ ਜੀ। ਅਤੇ ਮੈਨੂੰ ਪਤਾ ਨਹੀਂ ਕਿੰਨੇ ਮਿੰਟਾਂ ਹੈ, ਅਤੇ ਇਹਦੀ ਮੈਨੂੰ ਲੱਗਦਾ ਹੈਂਡਲਿੰਗ ਵੀ ਬਹੁਤ ਘੈਂਟ ਆ ਬਈ, ਮਿੰਟ 'ਚ ਹੀ ਘੁੰਮਿਆ ਆ ਟਰੈਕਟਰ। ਅਤੇ ਆਪਣਾ ਜਿਹੜਾ ਨਿਊ ਲੈਣ 36 ਸੀਗਾ, ਤੁਹਾਨੂੰ ਪਤਾ ਹੀ ਆ, ਉਹ ਵੀ ਟਰੈਕਟਰ ਪੂਰਾ ਘੈਂਟ ਆ। ਅਤੇ ਇੱਧਰ ਆ ਕੰਮ ਚੱਲੀ ਜਾਂਦਾ ਵਾ, 60,000 ਲਾਇਆ, 2 ਕਿੱਲੇ ਮਤਲਬ ਕੰਪਲੀਟ ਹੋ ਚੁੱਕੇ ਨੇ। ਅਤੇ ਆਪਾਂ ਨੂੰ ਥੋੜ੍ਹਾ ਜਿਹਾ ਬਾਈ ਸੁਣਨਾ ਹੈ ਵੀ ਵਧੀਆ, ਜਦੋਂ ਖਰਚਾ ਗਿਆ ਆਪਾਂ ਟਰੈਕਟਰ ਪਤਾ ਨਹੀਂ ਲੱਗਿਆ ਕਿਤੇ ਵਿੱਚ ਗਿਰ ਜਾ ਮਾਰ ਗਿਆ। ਅਤੇ ਆਪਾਂ ਟਰਾਲੀ ਟਰਾਲਾ ਕੀਤਾ, ਐਂ ਨਹੀਂ ਮੈਨੂੰ ਪਤਾ ਬਾਈ ਕਿੰਨੇ ਕੀਤਾ ਗਿਆ। ਅਤੇ ਜੇ ਆਪਾਂ ਪਾਉਂਦੇ ਹਾਂ ਗਲਤੀ ਮੁੜੀ ਜਾਂਦਾ ਗਾ ਹੁੰਦਾ ਆ ਬਾਈ, ਕੁਛ ਨਹੀਂ ਆਪਾਂ ਪਾਉਂਦੇ ਹਾਂ ਜਿਵੇਂ ਮਾਂਗਰ ਹੈ। ਅਤੇ ਮੈਨੂੰ ਲੱਗਦਾ ਵੀ ਅੱਗਾ ਉੱਗਾ ਚੱਕੀ ਗਿਆ, ਫਿਰ ਟਾਇਰ ਖਰਚ ਵੀ ਚੱਕਦਾ ਵੀ ਨਹੀਂ ਯਾਰ ਬ੍ਰਦਰ, ਚੱਕਦਾ ਨਹੀਂ ਤਾਂ ਆਪਾਂ ਨਹੀਂ ਵੀ ਆਪਾਂ ਪਾਉਂਦੇ ਹਾਂ ਹੋਰ ਦੇ ਕਰਦੇ ਅੱਜ ਵੀ ਐਨ ਬਾਈ। ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ।